ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ਪ੍ਰੋਗਰਾਮ ਸਿੱਖ ਯੂਥ ਦੇ। ਮੈਂ ਹਾਂ ਅਵਨੀਤ ਕੌਰ, ਤੁਹਾਡੇ ਅੱਜ ਦੇ ਐਂਕਰ, ਅਤੇ ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ ਤਰਾਸ਼ਾ ਕੌਰ ਜੀ, ਜੋ ਇੱਕ ਸਕਸੈਸਫੁਲ ਬਿਜ਼ਨਸ ਵੂਮੈਨ ਨੇ। ਆਓ ਵੇਖਦੇ ਹਾਂ ਕਿ ਕਿਹੜਾ ਬਿਜ਼ਨਸ ਹੈ ਇਹਨਾਂ ਦਾ, ਅਤੇ ਕਿਸ ਤਰੀਕੇ ਨਾਲ ਸਮਾਜ 'ਚ ਹੋਰ ਬੀਬੀਆਂ ਨੂੰ, ਔਰਤਾਂ ਨੂੰ ਲੈ ਕੇ ਆਪਣੇ ਨਾਲ ਇਹ ਚੱਲੇ ਨੇ, ਅਤੇ ਉਹ ਮੁਹਿੰਮ ਜਿਹੜੀ ਹੈ ਇਹਨਾਂ ਦੀ ਕਿ ਔਰਤਾਂ ਨੂੰ ਮਿਲ ਕੇ ਇੱਕ ਇਹੋ ਜਿਹਾ ਸਮਾਜ ਬਣਾਉਣਾ ਜਿੱਥੇ ਔਰਤ ਆਪਣੇ ਪੈਰਾਂ 'ਤੇ ਖੁਦ ਖੜ੍ਹੀ ਹੋ ਸਕੇ। ਆਓ ਮੁਲਾਕਾਤ ਕਰਾਉਂਦੇ ਹਾਂ ਤਰਾਸ਼ਾ ਕੌਰ ਜੀ ਨਾਲ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਸਟੂਡੀਓ 'ਚ ਆਏ। ਤਰਾਸ਼ਾ ਜੀ, ਪਹਿਲੇ ਦੱਸੋ ਕਿ ਬਿਜ਼ਨਸ ਕਰਨ ਦੀ ਸੋਚ ਕਿੱਥੋਂ ਉਪਜੀ ਅਤੇ ਕਦ ਤੁਸੀਂ ਬਿਜ਼ਨਸ ਕਰਨਾ ਸ਼ੁਰੂ ਕੀਤਾ? ਮੈਂ ਐਕਚੁਲੀ ਆਪਣੇ ਕਾਲਜ ਤੋਂ ਬਾਅਦ ਹੀ, ਜਦੋਂ ਮੇਰੇ ਕਾਲਜ ਓਵਰ ਹੋਇਆ ਸੀ, ਉਹਦੇ ਬਾਅਦ ਹੀ ਮੈਂ ਸੋਚਿਆ ਕਿ ਮੈਂ ਕੁਛ ਕੰਮ ਕਰਨਾ ਚਾਹੀਦਾ, ਮੈਂ ਕਰ ਨਹੀਂ ਬੈਠਾਂਗੀ। ਬਟ ਜਦੋਂ ਮੈਂ ਆਪਣੇ ਫਾਦਰ ਕੋਲ ਪਰਮਿਸ਼ਨ ਲੈਣ ਲੱਗੀ ਕਿ ਮੈਨੂੰ ਕੁਛ ਕੰਮ ਕਰਨਾ, ਆਈ ਵਾਂਟ ਟੂ ਡੂ ਸਮ ਜੋਬ ਔਰ ਸਮਥਿੰਗ, ਤਾਂ ਉਹਨਾਂ ਨੇ ਕਿਹਾ ਨਹੀਂ ਬਾਹਰ ਨਹੀਂ ਭੇਜਣਾ, ਅਸੀਂ ਕੀ ਕਰਨਾ। ਵੈਸੇ ਆਫ ਦਨ ਇਕਨੋਮਿਕਸ ਆਨਰਸ, ਅਤੇ ਮੈਨੂੰ ਬੈਂਕਸ ਵਗੈਰਾ ਵਿੱਚ ਔਫਰਸ ਵੀ ਸਨ, ਐਂਡ ਉਸ ਟਾਈਮ ਮੇਰੇ ਫਾਦਰ ਦਾ ਵੀ ਕੰਮ ਬੈਂਕ ਦੇ ਨਾਲ, DSA ਕਰ ਰਹੇ ਸੀ ICICI ਬੈਂਕ ਦਾ, ਅਤੇ ਪਰ ਉਹਨਾਂ ਨੇ ਕਿਹਾ ਨਹੀਂ ਬਾਹਰ ਨਹੀਂ ਭੇਜਣਾ, ਕੀ ਕਰਨਾ ਬਾਹਰ ਜਾ ਕੇ, ਅਸੀਂ ਨਹੀਂ ਕੰਮ ਕਰਾਉਣਾ। ਅਤੇ ਫਿਰ ਦੈਨ ਆਈ ਗੋਟ ਦੀ ਆਈਡੀਆ ਕਿ ਮੈਂ ਕਿਉਂ ਨਾ ਕੁਛ ਆਪਣਾ ਸਟਾਰਟ ਕਰਾਂ, ਅਤੇ ਉਹਦੇ ਉੱਤੇ ਤਾਂ ਉਹਨਾਂ ਨੇ ਇੱਕ ਮਿੰਟ ਵਿੱਚ ਕਿਹਾ ਹਾਂ ਹਾਂ ਆਪਣਾ ਜੋ, ਬਿਕੋਜ਼ ਆਈ ਬਿਲੋਂਗ ਟੂ ਬਿਜ਼ਨਸ ਫੈਮਿਲੀ, ਇੰਨੇ ਸਾਲਾਂ ਤੋਂ ਸ਼ੁਰੂ ਤੋਂ ਮੇਰੇ ਗ੍ਰੈਂਡਫਾਦਰ, ਫਾਦਰ ਸਭ ਲੋਕ ਬਿਜ਼ਨਸ ਕਰਦੇ ਆਏ, ਅਤੇ ਉਹਦੇ ਉੱਤੇ ਉਹਨਾਂ ਨੇ ਇੱਕ ਮਿੰਟ ਵੀ ਨਹੀਂ ਲਗਾਇਆ। ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ, ਆਪਣਾ ਬਿਜ਼ਨਸ ਕਰਨਾ, ਕੋਈ ਗੱਲ ਨਹੀਂ, ਆਪਣਾ ਕੰਮ ਕੀ ਕਰੇਂਗੀ। ਅਤੇ ਆਈ ਥੋਟ ਕਿ ਮੈਂ ਸ਼ੁਰੂ ਤੋਂ ਬਹੁਤ ਕ੍ਰਾਫਟ ਵਿੱਚ ਇੰਟਰਸਟ ਰਹਿੰਦਾ ਸੀ ਮੈਨੂੰ ਬਚਪਨ ਤੋਂ ਹੀ, ਚਾਹੇ ਮੈਂ ਇਕਨੋਮਿਕਸ ਆਨਰਸ ਕੀਤੀ ਹੈ, ਬਟ ਕ੍ਰਾਫਟ ਵਿੱਚ ਮੇਰਾ ਕ੍ਰੀਏਟਿਵ, ਮਤਲਬ ਬਾਏ ਬਰਥ ਹੀ ਮੇਰੇ ਅੰਦਰ ਨਾ ਕ੍ਰੀਏਟਿਵ ਇੰਸਟਿੰਕਟ ਸੀ। ਅਤੇ ਉਹਨਾਂ ਨੇ ਕਿਹਾ ਕਿ ਕੀ ਕਰਨਾ ਕੀ ਹੈ, ਮੈਂ ਕਿਹਾ ਪਾਪਾ ਫਸਟ ਫਲੋਰ ਖਾਲੀ ਪਿਆ ਹੈ, ਅਤੇ ਮੈਂ ਉੱਥੇ ਨਾ ਆਪਣੀ ਕਲਾਸਿਸ ਸਟਾਰਟ ਕਰਵਾਉਣੀ, ਇਟ ਵਾਸ 2002 ਦੀ ਗੱਲ ਕਰ ਰਹੀ ਹਾਂ ਮੈਂ। ਅਤੇ ਉਹਨਾਂ ਨੇ ਕਿਹਾ ਹਾਂ ਇੱਥੇ ਕਰ ਲਿਆ, ਉਹ ਕੋਈ ਪ੍ਰੋਬਲਮ ਨਹੀਂ ਹੈ। ਐਂਡ ਵਿਦ ਇਨ 1 ਵੀਕ ਮੈਂ ਬਰੋਸ਼ਰਸ ਪ੍ਰਿੰਟ ਕਰਵਾ ਕੇ, ਪਲਾਨ ਕਰਕੇ ਐਂਡ ਸਟਾਰਟ ਕਰ ਦਿੱਤੀਆਂ ਕਲਾਸਿਸ। ਐਂਡ 2003 ਆਈ ਗੋਟ ਮੈਰਿਡ, ਅਤੇ ਫਿਰ ਅਗੇਨ ਦੇ ਵਾਜ ਅ ਕੁਐਸਚਨ ਕਿ ਵੀ ਕੰਮ ਕਰਨਾ ਨਹੀਂ ਕਰਨਾ, ਕਿਸ ਤਰ੍ਹਾਂ ਕਰਨਾ, ਪਰ ਮੈਂ ਰਹਿ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਸ਼ੌਂਕ ਬਹੁਤ ਜ਼ਿਆਦਾ ਸੀ, ਐਂਡ ਇੰਨੇ ਲੋਕਾਂ ਨੂੰ ਸਿਖਾ ਚੁੱਕੀ ਸੀ, ਔਰ ਸਭ ਬੜੇ ਸੈਟਿਸਫਾਈਡ ਕਸਟਮਰਸ ਸਨ ਮੇਰੇ, ਐਂਡ ਅੱਗੇ ਹੋਰ ਇਨਕੁਆਇਰੀਜ਼ ਵੀ ਆਉਂਦੀਆਂ ਸੀ, ਬਿਕੋਜ਼ ਸਭ ਲੋਕ ਬਹੁਤ ਖੁਸ਼ ਹੋ ਕੇ ਜਾਂਦੇ ਸੀ ਜਿਹੜਾ ਵੀ ਸਿੱਖਦਾ ਸੀ। ਫਿਰ ਇੱਧਰ ਪਰਮਿਸ਼ਨ ਦਿੱਤੀ ਲੋਅ ਸਕੂਲ, ਉਹਨੇ ਕਿਹਾ ਅੱਛਾ ਠੀਕ ਹੈ ਘਰ ਵਿੱਚ ਅਗਰ ਤੁਸੀਂ ਕਰਨਾ ਤਾਂ ਕਰ ਲਿਓ। ਤਾਂ ਮੈਂ ਘਰ ਵਿੱਚ ਗਰਾਊਂਡ ਫਲੋਰ ਵਿੱਚ ਅਲੱਗ ਏਰੀਆ ਐਕਸਪੈਰ ਕੀਤਾ, ਉੱਥੇ ਬਣਾਇਆ, ਮਤਲਬ ਆਪਣਾ ਇੰਸਟੀਟਿਊਟ ਛੋਟਾ ਜਿਹਾ ਸੈਟਅਪ ਬਣਾਇਆ। ਦੈਨ ਉਹਦੇ ਬਾਅਦ ਤਾਂ ਤੋਂ 2016 ਤੱਕ ਮੈਂ ਕੰਟੀਨਿਊਸਲੀ ਆਪਣੇ ਘਰ ਦੇ ਗਰਾਊਂਡ ਫਲੋਰ ਵਿੱਚ ਕਲਾਸਿਸ ਰਹਿੰਦੀ ਰਹੀ, ਐਂਡ ਬਿਕੋਜ਼ ਬੇਬੀਜ਼ ਵੀ ਹੋਏ ਜਿਸ ਤਰ੍ਹਾਂ ਵਿੱਚ, ਥੋੜ੍ਹੀ ਥੋੜ੍ਹੀ ਬ੍ਰੇਕ ਜ਼ਰੂਰ ਆਈਆਂ, ਪਰ ਦੈਨ ਮੈਂ ਛੱਡਿਆ ਨਹੀਂ ਕੰਮ, ਮਤਲਬ ਮੈਂ ਕਰਦੀ ਰਹੀ ਵਿੱਚ ਵਿੱਚ ਬ੍ਰੇਕਸ ਲੈਣ ਦੇ ਬਾਅਦ ਵੀ। ਐਂਡ ਬਸ ਫਿਰ ਉਹਦੇ ਬਾਅਦ 2017 ਤੋਂ ਇੱਕ ਜੰਪ ਲਿੱਤੀ, ਬਿਕੋਜ਼ ਤਾਂ ਤੱਕ ਮੈਂ ਘਰ ਵਿੱਚ ਕਰਾ ਰਹੀ ਸੀ, ਐਂਡ ਬੱਚੇ ਵੀ ਛੋਟੇ ਸੀ, ਹੁਣ ਉਹ ਵੀ ਬੜੇ ਹੋ ਗਏ, ਥੋੜ੍ਹੇ ਰਿਸਪੋਂਸੀਬਲ ਹੋ ਗਏ, ਮਾਈ ਸਨ ਇਜ਼ 9th ਸਟੈਂਡਰਡ ਐਂਡ ਡੋਟਰ 5th ਵਿੱਚ ਹੈ। ਅਤੇ ਫਿਰ ਮੈਂ ਸੋਚਿਆ ਸਕਿੱਲ ਇੰਡੀਆ ਦਾ ਦੇਖਿਆ ਪ੍ਰੋਗਰਾਮ, ਕਿ ਸਕਿੱਲ ਇੰਡੀਆ ਦਾ ਕਾਫੀ ਪ੍ਰੋਮੋਸ਼ਨ ਹੋ ਰਹੀ ਸੀ 2015-16 ਵਿੱਚ, ਦੈਨ ਮੈਂ ਸਾਰਾ ਅੰਡਰਸਟੈਂਡ ਕੀਤਾ ਕਿ ਕੀ ਕੋਨਸੈਪਟ ਹੈ ਇਹਨਾਂ ਦਾ, ਐਂਡ ਦੈਨ ਆਈ ਜੁਆਇਨ, ਪਲਾਨ ਟੂ ਜੁਆਇਨ ਸਕਿੱਲ ਇੰਡੀਆ। ਫਿਰ ਮੈਂ ਉਹਦੇ ਵਾਸਤੇ ਅਲੱਗ ਅਲੱਗ ਟ੍ਰੇਨਿੰਗ ਪਾਰਟਨਰਸ ਨਾਲ ਕੰਮ ਕੀਤਾ, ਕਾਫੀ ਪ੍ਰੋਗਰਾਮਸ ਕਰਾਏ, ਮਿਨਿਸਟਰੀਜ਼ ਦੇ ਨਾਲ ਜੁਆਇਨ ਹੋ ਕੇ, ਮਿਨਿਸਟਰੀ ਆਫ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ ਦੇ ਨਾਲ ਮੈਂ ਪ੍ਰੋਗਰਾਮਸ ਕਰਾਏ, ਬਿਕੋਜ਼ ਮੈਂ ਕਲਾਸਿਸ ਜਿਹੜੀ ਸੀ ਉਹ ਚੋਕਲੇਟ ਮੇਕਿੰਗ, ਬੇਕਰੀ, ਕੈਂਡਲ ਮੇਕਿੰਗ, ਸੋਪ ਮੇਕਿੰਗ, ਗਿਫਟ ਪੈਕਿੰਗ, ਇਹ ਸਾਰੀ ਕਲਾਸਿਸ ਕਰਾ ਰਹੀ ਸੀ। ਐਂਡ ਇਹਦੇ ਬਾਅਦ ਮੇਰੇ ਜਿਹੜੇ ਸਟੂਡੈਂਟ ਸੀ ਉਹ ਕੁਛ ਨਾ ਕੁਛ ਕੰਮ ਮਤਲਬ ਕਰ ਰਹੇ ਸੀ, ਸਟਾਰਟਅਪ ਮੈਂ ਉਹਨਾਂ ਨੂੰ ਕਰਾ ਦਿੱਤਾ ਸੀ ਨਾਲ ਨਾਲ ਕਲਾਸਿਸ ਕਰਵਾਉਂਦੇ ਹੀ, ਮੈਂ ਕੁਛ ਨਾ ਕੁਛ ਇਸ ਤਰ੍ਹਾਂ ਦੇ ਆਈਡੀਆਜ਼ ਉਹਨਾਂ ਨੂੰ ਪ੍ਰਮੋਸ਼ਨ ਵਾਸਤੇ ਔਰ ਸਭ ਦੇ ਰਹੀ ਸੀ ਕਿ ਮੈਂ ਸਟੂਡੈਂਟਸ ਕੰਮ ਕਰ ਰਹੇ। ਤਰਾਸ਼ਰ ਈਕੋ ਆਨਰਸ ਤੋਂ ਐਜ਼ ਅ ਕ੍ਰੀਏਟਿਵ ਟੀਚਰ, ਔਰ ਫਿਰ ਕ੍ਰੀਏਟਿਵ ਟੀਚਰ ਤੋਂ ਐਜ਼ ਅ ਮਦਰ, ਔਰ ਮਦਰ ਤੋਂ ਬਾਅਦ ਤੁਸੀਂ ਹੁਣ ਬੋਲੇ ਕਿ ਬੱਚੇ ਵੱਡੇ ਹੋ ਗਏ ਨੇ, ਹੁਣ ਤੁਸੀਂ ਸਕਿੱਲ ਇੰਡੀਆ ਡਿਵੈਲਪਮੈਂਟ ਪ੍ਰੋਗਰਾਮ ਜਿਹੜਾ ਹੈ ਸਰਕਾਰ ਦਾ, ਉਹਦੇ ਨਾਲ ਜੁੜੇ ਹੋ, ਅਤੇ ਕਿਸ ਤਰੀਕੇ ਨਾਲ ਸਭ ਕੁਝ ਤੁਸੀਂ ਮੈਚਅਪ ਕੀਤਾ, ਜਾਂ ਮਿਸਮੈਚ ਹੋਇਆ, ਜਾਂ ਫੈਮਿਲੀ ਦੀ ਸਪੋਰਟ ਕਿੱਦਾਂ ਹੈ ਸਭ ਕੀਤਾ? ਨਹੀਂ, ਫੈਮਿਲੀ ਦੀ ਤਾਂ ਸ਼ੁਰੂ ਤੋਂ ਬਹੁਤ ਜ਼ਿਆਦਾ ਸਪੋਰਟ ਰਹੀ ਹੈ, ਮੈਂ ਤਾਂ ਹੀ ਇੰਨਾ ਕੰਮ ਕਰ ਪਾਈ ਹਾਂ ਔਰ ਇਸ ਜਿਹੜੀ ਸਟੇਜ ਤੱਕ ਪਹੁੰਚ ਸਕੀ ਹਾਂ। ਅੱਜ ਮੇਰਾ ਹੁਣ ਆਪਣਾ ਇੰਸਟੀਟਿਊਟ ਹੈਗਾ ਨਰਾਇਣਾ ਵਿੱਚ, and it's a full fledged institute with different labs and classrooms and proper institute hai, and oh sab pahunchan waste the family di bahut zyada support rahi hai, pehle parents ne kafi encourage kita si, hun in laws ne bahut encourage kar dene mainu, my mother in law is very supportive, kyunki bachiyan nu main kai baar late ho jaava, kuch ho jaava to sara oh dekh lende ne bachiyan nu bhi, and my husband bhi always unhone kadi mana nahi kita, tai main kar pai।
ਤਰਾਸ਼ਾ ਜੀ, ਸਾਡੇ ਆਡੀਅੰਸ ਨੂੰ ਦੱਸੋ ਜੋ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ, ਦਿੱਲੀ 'ਚ ਕਿੱਥੇ ਤੁਹਾਡਾ ਇੰਸਟੀਟਿਊਟ ਹੈ, ਕਿਸ ਨਾਮ ਤੋਂ ਹੈ ਔਰ ਕਿਹੜੀ ਕਿਹੜੀ ਕਲਾਸਿਸ ਇੱਥੇ ਚੱਲਦੀਆਂ? ਹਾਂਜੀ, ਦਿੱਲੀ ਵਿੱਚ ਮੇਰਾ ਇੰਸਟੀਚਿਊਟ ਹਾਲੇ ਦੋ ਨਰਾਇਣਾ ਵਿੱਚ ਹੈ। ਨਰਾਇਣਾ ਵਿੱਚ ਮੈਂ ਇੱਥੇ ਕੈਂਡਲ ਮੇਕਿੰਗ, ਗਿਫਟ ਪੈਕਿੰਗ, ਸੋਪ ਮੇਕਿੰਗ, ਜਿਹੜੇ ਹੈਂਡਮੇਡ ਸੋਪਸ, ਅੱਜ ਕੱਲ੍ਹ ਪਤੰਜਲੀ ਦਾ ਪ੍ਰੋਡਕਟ ਜਿਸ ਤਰ੍ਹਾਂ ਦੇਖ ਰਹੇ ਹਾਂ ਅਸੀਂ, ਜਿਹੜੇ ਹੈਂਡਮੇਡ ਸੋਪਸ ਆ ਰਹੇ ਨੇ ਉਹ ਬਣਾਉਣਾ ਵੀ ਸਿਖਾਉਂਦੀ ਹਾਂ। ਉਹਦੇ ਬਾਅਦ ਮੇਰੇ ਸਟੂਡੈਂਟ ਜਿਹੜੇ ਸਮਾਲ ਸਕੇਲ ਯੂਨਿਟਸ ਲਗਾਉਂਦੇ ਨੇ, ਬਿਕੋਜ਼ ਮੈਂ ਉਹਨਾਂ ਦੀ ਮੈਂ ਟਾਈਡ ਅਪ ਆ ਮਿਨਿਸਟਰੀ ਆਫ ਮਾਈਕਰੋ ਸਮਾਲ ਐਂਟਰਪ੍ਰਾਈਜ਼ ਦੇ ਆਫੀਸ਼ੀਅਲਸ ਨਾਲ, ਅਤੇ ਉਹ ਲੋਕ ਇੱਥੇ ਆ ਕੇ ਬਿਜ਼ਨਸ ਡਿਵੈਲਪਮੈਂਟ ਦੇ ਲੈਕਚਰਸ ਦਿੰਦੇ ਨੇ ਐਂਡ ਸਟੂਡੈਂਟਸ ਨੂੰ ਹੈਲਪ ਕਰਦੇ ਨੇ ਜੋ ਲੋਨ ਪ੍ਰੋਕਿਓਰਮੈਂਟ ਵਾਸਤੇ ਵੀ ਇੰਨੀ ਸਕੀਮਸ ਨੇ ਅੱਜ ਕੱਲ੍ਹ ਗਵਰਨਮੈਂਟ ਦੀਆਂ, ਉਹ ਐਕਚੁਅਲੀ ਗਰਾਊਂਡ ਲੈਵਲ ਤੱਕ ਚੀਜ਼ਾਂ ਪਹੁੰਚ ਨਹੀਂ ਪਾਉਂਦੀਆਂ। ਅਤੇ ਆਈ ਐਮ ਜਸਟ ਟਰਾਇੰਗ ਦੈਟ ਕਿ ਇਹ ਸਭ ਚੀਜ਼ਾਂ ਗਰਾਊਂਡ ਲੈਵਲ ਤੱਕ ਪਹੁੰਚਣ, ਲੋਕਾਂ ਨੂੰ ਸਕੀਮਸ ਮਿਲਣ। ਐਂਡ ਹੁਣ ਮੈਂ ਖੁਦ ਟ੍ਰੇਨਿੰਗ ਪਾਰਟਨਰ ਬਣ ਗਈ ਹਾਂ ਸਕਿੱਲ ਇੰਡੀਆ ਦੇ ਨਾਲ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਐਂਡ ਉਹਦੇ ਵਿੱਚ ਆਈ ਕੈਨ ਸੈਟ ਅਪ ਮਲਟੀਪਲ ਸੈਂਟਰਸ ਪੈਨ ਇੰਡੀਆ, ਮਤਲਬ ਮੈਨੂੰ ਅਥੋਰਿਟੀ ਹੈ। ਐਂਡ ਉਹ ਵੀ ਹੁਣ ਮੈਂ ਸਟਾਰਟ ਕੀਤਾ, ਪਰ ਹਾਲੀ ਮੈਂ ਆਪਣੇ ਹੀ ਸੈਂਟਰ 'ਤੇ ਕਰ ਰਹੀ ਹਾਂ, ਬਟ ਆਈ ਐਮ ਪਲਾਨਿੰਗ ਟੂ ਸੈਟ ਅਪ ਮੋਰ ਸੈਂਟਰਸ ਆਲ ਓਵਰ ਇੰਡੀਆ। ਅਤੇ ਬਾਕੀ ਹੋਰ ਮਿਨਿਸਟਰੀਜ਼ ਨਾਲ ਵੀ ਮੈਂ ਕੰਟੈਕਟ ਕਰਕੇ, ਜਿਸ ਤਰ੍ਹਾਂ ਮਿਨਿਸਟਰੀ ਆਫ ਮਾਈਨੋਰਿਟੀ ਅਫੇਅਰਜ਼ ਹੈ, ਉੱਧਰ ਵੀ ਮੈਂ ਅਪਰੋਚ ਕਰ ਚੁੱਕੀ ਹਾਂ ਕਿ ਫ੍ਰੀ ਪ੍ਰੋਗਰਾਮਸ ਵਾਸਤੇ ਜਿਹੜੇ ਸਟੂਡੈਂਟਸ ਨੂੰ ਇੱਥੇ ਫੈਸਿਲਿਟੀ ਮਿਲੇ ਅਤੇ ਉਹ ਲੋਕ ਸਿੱਖ ਕੇ ਕੁਛ ਅੱਗੇ ਕੰਮ ਕਰਨ ਆਪਣਾ। ਬਟ ਬਸ ਹਾਲੀ ਪਲਾਨਿੰਗ ਚੱਲ ਰਹੀ ਹੈ ਨਾ ਸਭ ਚੀਜ਼ਾਂ ਦੀਆਂ। ਔਰ ਜਿਹੜਾ ਮੈਂ ਐਟ ਪ੍ਰੈਜੈਂਟ ਕਰਾ ਰਹੀ ਹਾਂ ਉਹ ਮੈਂ ਬੇਕਰੀ ਦਾ ਫ੍ਰੀ ਪ੍ਰੋਗਰਾਮ ਮੇਰਾ ਸ਼ੁਰੂ ਹੋ ਰਿਹਾ ਨੈਕਸਟ ਮੰਥ ਤੋਂ, ਦੈਟ ਇਜ਼ ਆਲਸੋ ਅੰਡਰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ। ਉਹਦੇ ਵਿੱਚ ਬੇਕਰੀ ਦੇ ਪ੍ਰੋਡਕਟ ਸਿਖਾਏ ਜਾਣਗੇ, ਜਿਸ ਤਰ੍ਹਾਂ ਬ੍ਰੈਡਸ, ਕੇਕਸ, ਕੁਕੀਜ਼, ਇਹ ਸਭ ਸਿੱਖ ਕੇ ਐਂਡ ਦੈਨ ਉਹਨਾਂ ਦੀ ਜੋਬ ਪਲੇਸਮੈਂਟ ਹੈ, ਬਿਕੋਜ਼ ਦੈਟਸ ਅ ਕੰਪਲਸ਼ਨ, ਵੀ ਹੈਵ ਟੂ ਪਲੇਸ ਦੈਮ। ਐਂਡ ਬਾਕੀ ਅਦਰਵਾਈਜ਼ ਜਿਹੜੇ ਲੋਕ ਨਹੀਂ ਪਲੇਸ ਹੋਣਗੇ ਉਹਨਾਂ ਨੂੰ ਸਮਾਲ ਸਕੇਲ ਬਿਜ਼ਨਸ ਸੈਟਅਪ ਕਿਸ ਤਰ੍ਹਾਂ ਕਰਨਾ ਉਹ ਸਾਰਾ ਸਿਖਾਇਆ ਜਾਏਗਾ। ਗੱਲ ਕੀਤੀ ਜਾਏ MSME ਹੋ ਗਈ ਹੈ ਜਾਂ PMKY ਯੋਜਨਾ ਜਿਹੜੀ ਹੈ ਸਰਕਾਰ ਦੀ, ਤੁਸੀਂ ਬੋਲਿਆ ਕਿ ਕਾਫੀ ਨੌਜਵਾਨ ਬੱਚੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਹੈਗੀਆਂ ਚੀਜ਼ਾਂ, ਅਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਤੁਹਾਡਾ ਗ੍ਰਾਫ ਜਿਹੜਾ ਉਹ ਦਿਨ ਬ ਦਿਨ ਵੱਧਦਾ ਗਿਆ ਹੈ। ਇੱਕ ਸੋਚ ਜਿਹੜੀ ਇੱਕ ਇੱਕ ਐਜ਼ ਅ ਔਰਤ ਲੈ ਕੇ ਤੁਸੀਂ ਚਲੇ ਸੀ ਕਿ ਤੁਹਾਨੂੰ ਪਰਮਿਸ਼ਨ ਫਾਦਰ ਨੇ ਬਾਹਰ ਜਾਣ ਦੀ ਨਹੀਂ ਦਿੱਤੀ ਸੀ, ਤੁਸੀਂ ਬਾਹਰ ਦੇ ਔਰਤਾਂ ਨੂੰ ਘਰ ਬੁਲਾ ਕੇ ਇਹ ਚੀਜ਼ਾਂ ਸਿਖਾਈਆਂ, ਔਰ ਹੱਥ ਦਾ ਹੁਨਰ ਸਭ ਤੋਂ ਵੱਡਾ ਹੁਨਰ ਹੁੰਦਾ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹਾਂਗੀ ਜਿਹੜਾ ਐਕਚੁਅਲੀ ਹਰ ਇੱਕ ਬੰਦੇ ਦੇ ਅੰਦਰ ਕੋਈ ਨਾ ਕੋਈ ਆਪਣੇ ਅੰਦਰ ਇੱਕ ਟੈਲੈਂਟ ਹੈ, ਬਸ ਉਹਨੂੰ ਬਾਹਰ ਨਿਕਾਲਣ ਦੀ ਦੇਰ ਹੈ। ਬਿਕੋਜ਼ ਮੇਰੇ ਕੋਲ ਤੁਸੀਂ ਮੰਨੋਗੇ ਨਹੀਂ, ਜਿਹੜੇ ਹਾਊਸ ਵਾਈਫ ਸਿੱਖਣ ਆਉਂਦੇ ਸੀ, ਮਤਲਬ ਦੇ ਯੂਜ਼ ਟੂ ਕਰਾਏ, ਮਤਲਬ ਰੋਂਦੇ ਸੀ ਮੇਰੇ ਅੱਗੇ ਆ ਕੇ ਕਿ ਮੈਮ ਬਹੁਤ ਹਮੇ ਆਤਾ ਹੈ ਯੇ, ਮਤਲਬ ਕੁਕਿੰਗ ਮੈਂ ਹਮ ਇਤਨਾ ਅੱਛਾ ਕਰ ਲੇਤੇ, ਬਟ ਹਮੇ ਕੋਈ ਮਤਲਬ ਕਾਮ ਕਰਨਾ ਹੈ, ਹਮ ਇਸਸੇ ਕੁਛ ਇਨਕਮ ਜਨਰੇਟ ਕਰਨਾ ਚਾਹਤੇ ਹੈਂ। ਦੈਨ ਆਈਵ ਟੌਟ ਦੈਮ ਚੋਕਲੇਟ ਮੇਕਿੰਗ ਵਗੈਰਾ, ਉਹਨਾਂ ਨੂੰ ਕਾਫੀ ਕਰਾਇਆ ਹੈ। ਡੋਮੈਸਟਿਕ ਵਰਕਰਸ ਹੈ ਜਿਸ ਤਰ੍ਹਾਂ 5-6 ਬੈਚਸ ਕਰਾ ਚੁੱਕੀ ਹਾਂ, ਉਹਦੇ ਵਿੱਚ ਜਿਹੜੀ ਲੇਡੀਜ਼ ਘਰਾਂ ਵਿੱਚ ਸਫਾਈ ਵਰਦਨ ਦਾ ਕੰਮ ਕਰਦੀਆਂ ਨੇ, ਮਤਲਬ ਉਹਨਾਂ ਦੀ ਸਕਿੱਲ ਡਿਵੈਲਪਮੈਂਟ। ਇਟਸ ਗਵਰਨਮੈਂਟ ਦੇ ਥਰੂ ਸਪੋਂਸਰ ਪ੍ਰੋਗਰਾਮ ਹੈ RPL, ਦੈਟ ਇਜ਼ ਰੈਕਗਨੇਸ਼ਨ ਆਫ ਪ੍ਰਾਇਰ ਲਰਨਿੰਗ, ਕਿ ਜਿਹੜਾ ਕੰਮ ਆਲਰੇਡੀ ਲੋਕ ਕਰਦੇ ਆ ਰਹੇ ਨੇ ਇੰਨੇ ਸਾਲਾਂ ਤੋਂ, ਉਹਨਾਂ ਨੂੰ ਰੈਕਗਨਾਈਜ਼ ਕਰਨਾ, ਉਹਨਾਂ ਨੂੰ ਉਹਨਾਂ ਦੀ ਸਰਟੀਫਿਕੇਸ਼ਨ ਕਰਨਾ, ਅਤੇ ਉਹ ਵਾਲਾ ਕੰਮ ਅਸੀਂ ਹੁਣ ਕਰਾਇਆ 2-2 ਦਿਨ ਦੀ ਟ੍ਰੇਨਿੰਗ ਦੇ ਕੇ। ਦੈਨ ਗਵਰਨਮੈਂਟ ਦੀ ਅਸੈਸਮੈਂਟ ਹੋਈ ਹੈ, ਅਤੇ ਉਹਦੇ ਬਾਅਦ ਉਹਨਾਂ ਵਰਕਰਸ ਨੂੰ ਮਿਲਿਆ ਇੱਕ ਸਰਟੀਫਿਕੇਟ ਕਿ ਦੇ ਆਰ ਅ ਸਕਿੱਲ ਡੋਮੈਸਟਿਕ ਵਰਕਰ, ਅਤੇ ਉਹ ਲੋਕ ਹੁਣ ਅੱਗੇ ਜਿੱਥੇ ਵੀ ਕੋਈ ਜੋਬ ਵਾਸਤੇ ਜਾਣਗੇ ਅਤੇ ਮਤਲਬ ਉਹਨਾਂ ਵਾਸਤੇ ਇੱਕ ਪਲੱਸ ਪੁਆਇੰਟ ਹੈਗਾ, ਨਾ ਲੈ ਕੇ ਉਹ ਇੰਨੇ ਇਨਕਰੇਜ ਹੋਏ, ਬਿਕੋਜ਼ ਉਹਨੇ ਕਦੀ ਕਲਾਸਰੂਮ ਹੀ ਨਹੀਂ ਦੇਖਿਆ ਸੀ, ਕਦੀ ਮਤਲਬ ਇਸ ਤਰ੍ਹਾਂ ਬੈਠੇ ਹੀ ਨਹੀਂ ਪੜ੍ਹਨ ਵਾਸਤੇ, ਪ੍ਰੋਪਰ ਉਹਨਾਂ ਨੂੰ ਸਲਾਈਡਸ ਨਾਲ ਔਰ ਬੁੱਕਸ ਨਾਲ ਪੜ੍ਹਾਇਆ ਗਿਆ ਅਬਾਊਟ ਸੇਫਟੀ, ਹਾਈਜੀਨ ਐਟ ਵਰਕ ਪਲੇਸ ਐਂਡ ਆਲ ਦੈਟ, ਅਤੇ ਮਤਲਬ ਬੜੇ ਅੱਛੇ ਪ੍ਰੋਗਰਾਮਸ ਰਹੇ। ਬਹੁਤ ਅੱਛਾ ਕੰਮ ਹੈ ਜਿਹੜੇ ਪ੍ਰੋਗਰਾਮਸ ਹੈ। ਐਡਮਿਸ਼ਨ ਦਾ ਅਗਰ ਦੇਖੀਏ, ਜੋ ਆਡੀਅੰਸ ਦੇਖ ਰਹੀ ਹੈ, ਐਡਮਿਸ਼ਨ ਕਿਸ ਤਰੀਕੇ ਨਾਲ ਹੁੰਦਾ, ਉਸ ਤੋਂ ਬਾਅਦ ਰਜਿਸਟਰ ਕਿਵੇਂ ਕਰ ਸਕਦੇ ਨੇ, ਅਤੇ ਪਲੇਸਮੈਂਟ ਜਿਹੜੀ ਸਭ ਤੋਂ ਵੱਡੀ ਗੱਲ ਹੈ, ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਕਿੱਦਾਂ ਸਿਖਾਉਂਦੇ, ਕਿੱਦਾਂ ਕਿ ਕੋਈ ਲੈਵਲਸ ਹੈਗੇ ਹੈ ਜਾਂ ਸਰਟੀਫਿਕੇਟ ਦਿੰਦੇ ਹੋ ਕਿ ਇਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕੇ, ਖੁਦ ਕਮਾ ਸਕਣ? ਹਾਂਜੀ ਬਿਲਕੁਲ, ਮੈਂ ਐਕਚੁਅਲੀ ਖੁਦ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਦੇ ਅੰਡਰ ਜਿਹੜਾ ਸੈਕਟਰ ਸਕਿੱਲ ਕਾਊਂਸਲ ਹੈ, ਦੈਟ ਇਜ਼ ਫੂਡ ਪ੍ਰੋਸੈਸਿੰਗ ਕਪੈਸਿਟੀ ਸਕਿੱਲ ਐਂਡ ਸਕਿੱਲ ਇਨੀਸ਼ੀਏਟਿਵ, ਮੈਂ ਉਹਦੇ ਅੰਦਰ ਮੇਰਾ ਇੰਸਟੀਟਿਊਟ ਰਜਿਸਟਰਡ ਹੈ, ਔਰ ਮੇਰੇ ਕੋਲ ਜੋ ਵੀ ਲੋਕ ਬੇਕਰੀ ਦਾ ਪ੍ਰੋਗਰਾਮ ਸਿੱਖਣ ਆਉਂਦੇ ਨੇ ਉਹਦੇ ਵਾਸਤੇ ਮੈਂ ਉਹਨਾਂ ਨੂੰ ਸਰਟੀਫਿਕੇਟ ਗਵਰਨਮੈਂਟ ਦੀ ਤਰਫੋਂ ਇਸ਼ੂ ਹੁੰਦਾ, ਬਿਕੋਜ਼ ਉਹਨਾਂ ਦਾ ਇਗਜ਼ਾਮ ਜਿਹੜਾ ਹੈ ਉਹ ਗਵਰਨਮੈਂਟ ਦੇ ਅਸੈਸਰਸ ਆਉਂਦੇ ਨੇ NSDC ਤੋਂ, ਉਹ ਲੋਕ ਇਗਜ਼ਾਮ ਕੰਡਕਟ ਕਰਾਉਂਦੇ ਨੇ ਬੇਕਰੀ ਪ੍ਰੋਗਰਾਮ ਦਾ। ਐਂਡ ਉਸ ਉਹਦੇ ਬਾਅਦ ਉਹ ਲੋਕ ਅਗਰ ਆਪਣਾ ਇਗਜ਼ਾਮ ਰਿਟਨ ਹੁੰਦਾ, ਇਹ ਇਗਜ਼ਾਮ ਓਰਲ ਵੀ ਹੁੰਦਾ, ਰਿਟਨ ਬੇਸਿਕਲੀ ਇਸ ਤਰ੍ਹਾਂ ਪੈਨ ਪੇਪਰ ਵਾਲਾ ਨਹੀਂ ਹੁੰਦਾ, ਅੱਜ ਕੱਲ੍ਹ ਟੈਬ ਲੈ ਕੇ ਆਉਂਦੇ ਨੇ ਉਹ ਲੋਕ, ਅਤੇ ਟੈਬ 'ਤੇ ਇਟਸ ਲਾਈਕ ਮਲਟੀਪਲ ਚੋਇਸ ਕੁਐਸਚਨਸ ਐਂਡ ਪਲੱਸ ਪ੍ਰੈਕਟੀਕਲ ਦੇਖਦੇ ਨੇ। ਅਤੇ ਅਗਰ ਕੋਈ ਇਲੀਟਰੇਟ ਹੋਏ
ਮਤਲਬ ਕਿ ਅਨਪੜ੍ਹ ਹੋਏ ਤੇ ਉਹ ਕਿੱਦਾਂ ਇਹਨੂੰ ਕੋਪ ਅਪ ਕਰ ਸਕਦੇ ਅਸੀਂ ਡੋਮੈਸਟਿਕ ਵਰਕਰਸ ਦਾ ਜਿਹੜਾ ਪ੍ਰੋਗਰਾਮ ਕਰਾਇਆ ਉਹਦੇ ਵਿੱਚ ਤੇ ਉਹਨਾਂ ਨੂੰ ਹਿੰਦੀ ਪੜ੍ਹਨੀ ਵੀ ਨਹੀਂ ਆਉਂਦੀ ਬਿਕੋਜ਼ ਅਸੀਂ ਹਿੰਦੀ ਵਿੱਚ ਵੀ ਅਰੇਂਜ ਕਰਾਇਆ ਸਾਰਾ ਟੈਬਸ ਵਿੱਚ ਪ੍ਰੋਗਰਾਮ ਪਰ ਉਹਨਾਂ ਨੂੰ ਹਿੰਦੀ ਪੜ੍ਹਨੀ ਵੀ ਨਹੀਂ ਆਉਂਦੀ ਤੇ ਦੈਨ ਉਹਨਾਂ ਅਸੀਂ ਸਪੈਸ਼ਲ ਪਰਮਿਸ਼ਨ ਲੈ ਕੇ ਇੱਕ ਉਹਨਾਂ ਕੋਲੋਂ ਅਲਾਉ ਕਰਾਇਆ ਕਿ ਇੱਕ ਬੰਦਾ ਉਹਨਾਂ ਨੂੰ ਰੀਡ ਕਰਕੇ ਸੁਣਾ ਦੇ ਤਾਂ ਕਿ ਉਹ ਲੋਕ ਕਿਉਂਕਿ ਇਟਸ ਜਸਟ ਮਲਟੀਪਲ ਚੋਇਸ ਤੇ ਕਲਿੱਕ ਕਰਨਾ ਤੇ ਆਂਸਰ ਨੂੰ ਕਲਿੱਕ ਤੇ ਉਹ ਲੋਕ ਕਰਨ ਪਰ ਉਹਨਾਂ ਨੂੰ ਸਮਝ ਤੇ ਆਇਆ ਕਿ ਕੀ ਚੀਜ਼ ਹੈ ਤੇ ਫਿਰ ਉਹਦੇ ਵਾਸਤੇ ਪਰਮਿਸ਼ਨ ਸਾਨੂੰ ਮਿਲ ਗਈ ਸੀ ਇੱਕ ਬੰਦਾ ਰੀਡ ਕਰਕੇ ਸੁਣਾ ਰਿਹਾ ਸੀ ਤੇ ਉਹ ਲੋਕ ਕਲਿੱਕ ਕਰਕੇ ਉਹਨੂੰ ਮਤਲਬ ਆਨਸਰ ਕਰ ਰਹੇ ਸੀ ਕੁਐਸਚਨਸ ਨੂੰ ਔਰ ਕੋਰਸਿਸ ਜਿਹੜੇ ਉਹਦੇ ਬਾਰੇ ਸਾਨੂੰ ਥੋੜ੍ਹਾ ਵਿਸਤਾਰ 'ਚ ਦੱਸੋ ਕੋਰਸਿਸ ਕਿਹੜੇ ਕਿਹੜੇ ਆ ਔਰ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਿਖਾਉਂਦੇ ਹੋ ਫਿਰ ਅੱਗੇ ਕਿਵੇਂ ਇੰਪਲੀਮੈਂਟ ਕਰ ਸਕਦੇ ਇਸ ਹੁਨਰ ਨੂੰ ਜਿਸ ਤਰ੍ਹਾਂ ਹੁਣ ਮੈਂ ਅਗਰ ਸੋਪ ਮੇਕਿੰਗ ਦੇ ਬਾਰੇ ਗੱਲ ਕਰਦੀ ਹਾਂ ਸੋਪ ਮੇਕਿੰਗ ਜਿਹੜਾ ਕੋਰਸ ਹੈਗਾ ਇਹਦੇ ਵਿੱਚ ਅਸੀਂ ਨਾ ਬੇਸਿਕਲੀ ਇੱਕ ਤਾਂ ਸੋਪ ਮੇਕਿੰਗ ਜਿਹਦੇ ਵਿੱਚ ਓਇਲਸ ਦੀ ਮਿਕਸਿੰਗ ਦੇ ਨਾਲ ਅਸੀਂ ਸੋਪ ਬਣਾਉਂਦੇ ਹਾਂ ਬਿਲਕੁਲ ਸਕਰੈਚ ਤੋਂ ਓਇਲਸ ਨੂੰ ਮਿਕਸ ਕਰਦੇ ਹਾਂ ਐਂਡ ਡਿਫਰੈਂਟ ਕੈਮੀਕਲ ਕੁਛ ਯੂਜ ਕਰਕੇ ਉਹਨਾਂ ਨੂੰ ਸੋਲੀਡੀਫਾਈ ਕਰਦੇ ਹਾਂ ਵਿਦ ਡਿਫਰੈਂਟ ਪਰਫਿਊਮਸ ਐਂਡ ਉਹ ਸਭ ਪਾ ਕੇ ਐਂਡ ਦਿਸ ਅਨਦਰ ਪ੍ਰੋਸੈਸ ਜਿਹਦੇ ਵਿੱਚ ਅਸੀਂ ਮੈਲਟ ਐਂਡ ਪੋਰ ਪ੍ਰੋਸੈਸ ਕਹਿੰਦੇ ਹਾਂ ਜਿਹਨੂੰ ਇਹ ਵੀ ਸਿਖਾਇਆ ਜਾਂਦਾ ਸਭ ਨੂੰ ਜਿਹਦੇ ਵਿੱਚ ਅਸੀਂ ਫਰੈਸ਼ ਕੁਕੰਬਰ ਲੈਮਨ ਪੀਲਸ ਔਰ ਹਲਦੀ ਚੰਦਨ ਇਸ ਤਰ੍ਹਾਂ ਦੇ ਸੋਪਸ ਬਣਾਉਂਦੇ ਹਾਂ ਜਿਹੜੇ ਸਕਿਨ ਵਾਸਤੇ ਬਹੁਤ ਜ਼ਿਆਦਾ ਮਤਲਬ ਇਫੈਕਟਿਵ ਹਨ ਔਰ ਈਵਨ ਬਲੈਮਿਸ਼ਿਜ਼ ਵਾਸਤੇ ਵੀ ਵਿਟਾਮਿਨ ਈ ਸੋਪ ਕਰੀਮਸ ਬਣਾਉਂਦੇ ਹਾਂ ਜਿਹੜੇ ਐਂਟੀ ਰਿੰਕਲ ਕਰੀਮਸ ਐਂਡ ਆਲ ਇਹ ਸਭ ਸਿਖਾਇਆ ਜਾਂਦਾ ਕੋਸਮੈਟੋਲੋਜੀ ਸਿਖਾਇਆ ਜਾਂਦਾ ਹੈ ਐਂਡ ਇਹਦੇ ਬਾਅਦ ਸਟੂਡੈਂਟਸ ਜਿਹੜੇ ਨੇ ਉਹ ਆਪਣਾ ਕੰਮ ਕਰਦੇ ਨੇ ਜ਼ਿਆਦਾਤਰ ਇਹਦੇ ਵਿੱਚ ਜੋਬ ਪਲੇਸਮੈਂਟ ਨਹੀਂ ਜੋਬ ਪਲੇਸਮੈਂਟ ਬੇਕਰੀ ਵਿੱਚ ਜ਼ਿਆਦਾ ਹੈ ਬਿਕੋਜ਼ ਉਹ ਲੋਕ ਪਲੇਸ ਹੋ ਜਾਂਦੇ ਨੇ ਡਿਫਰੈਂਟ ਬੇਕਰੀਜ਼ ਹੁਣ ਮੇਰੇ ਕੁਛ ਸਟੂਡੈਂਟ ਗਏ ਡੰਕਿਨ ਡੋਨਟਸ ਦੇ ਰਿਸਰਚ ਪ੍ਰੋਜੈਕਟ ਵਿੱਚ ਓਕੇ 3 ਮੰਥਸ ਵਾਸਤੇ ਔਰ ਰਿਸਰਚ ਪ੍ਰੋਜੈਕਟ ਡੰਕਿਨ ਨੇ ਕੁਝ ਨਵਾਂ ਪ੍ਰੋਡਕਟ ਲਾਂਚ ਕਰਨਾ ਸੀ ਅਤੇ ਮੇਰੇ ਕੋਲ ਉਹਨਾਂ ਨੇ ਸਟੂਡੈਂਟਸ ਕਿਹਾ ਕਿ ਤੁਸੀਂ ਭੇਜ ਦਿਓਗੇ ਫਿਰ ਮੈਂ ਉੱਥੇ ਸਟੂਡੈਂਟਸ ਨੂੰ ਭੇਜਿਆ ਅਤੇ ਉਹ ਲੋਕ ਉੱਥੇ ਰਿਸਰਚ ਪ੍ਰੋਜੈਕਟ ਵਿੱਚ ਕੰਮ ਕਰਕੇ ਆਏ ਨੇ 3-4 ਮਹੀਨੇ ਅਤੇ ਕਾਫੀ ਗਰੂਮਿੰਗ ਹੋ ਗਈ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਨੂੰ ਦੇ ਵੈਰੀ ਹੈਪੀ ਉਹਨੂੰ ਅੱਗੇ ਹੁਣ ਅਗਰ ਆਪਣਾ ਵੀ ਖੋਲਣਗੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ ਐਂਡ ਕੁਝ ਸਟੂਡੈਂਟਸ ਮੇਰੇ ਹੁਣੇ ਤਾਜ ਸੈਟਸ ਜਿਹੜੇ ਹੈ ਤਾਜ ਪੈਲਸ ਦੀ ਫਲਾਈਟ ਕਿਚਨ ਜਿਹੜੀ ਹੈ ਫਲਾਈਟ ਕਿਚਨ ਵਿੱਚ ਉਹਨਾਂ ਨੂੰ ਐਜ਼ ਅ ਹੈਲਪਰ ਬੇਕਰ ਮਤਲਬ ਕਰ ਰਹੇ ਨੇ ਜੋਬ ਹਲੀ ਐਟ ਪ੍ਰੈਜੈਂਟ ਇੱਥੇ ਵਕਤ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਤੁਸੀਂ ਬਣੇ ਰਹੋ ਵੇਖਦੇ ਰਹੋ ਫਤਿਹ ਟੀਵੀ 'ਤੇ ਸਿੱਖ ਯੂਥ ਪ੍ਰੋਗਰਾਮ ਲੈ ਕੇ ਫਿਰ ਹੋਵਾਂਗੇ ਹਾਜ਼ਰ